ਦੇਖੋ ਇਹ ਪਹਿਲਾਂ ਵੀ ਹੋਏ ਸੀ ਉਸ ਪਹਿਲਾਂ ਬਾਰੇ ਜਤਨਾਂ ਦੇ ਵਿੱਚ ਅਸੀਂ ਕਮੇਟੀ ਵੀ ਬਣਾ ਲਈ ਸੀ ਸਰਬ ਸਾਂਝੀ ਕਮੇਟੀ ਬਣਾਈ ਸੀ ਪਰ ਮੈਨੂੰ ਦੁੱਖ ਤੇ ਅਫਸੋਸ ਆ ਪੰਥਕ ਅਖਵਾਉਣ ਵਾਲੇ ਲੋਕਾਂ ਨੇ ਉਸ ਕਮੇਟੀ ਤੋੜ ਦਿੱਤੀ ਜਿਹੜੇ ਅੱਜ ਵੀ ਪੰਥਕ ਅਖਵਾਉਂਦੇ ਆ ਜੇ ਇੰਨੇ ਸਿਹਰਦ ਸੀ ਉਹ ਕਮੇਟੀ ਤੋੜ ਦਿੱਤੀ ਪਰ ਅਸੀਂ ਫਿਰ ਵੀ ਯਤਨ ਜਾਰੀ ਰੱਖੇ ਯਤਨਾਂ ਤੋਂ ਬਾਅਦ ਫਿਰ ਅਸੀਂ ਸਿਗਨੇਚਰ ਮੁਹਿੰਮ ਸ਼ੁਰੂ ਕੀਤੀ ਸਿਗਨੇਚਰ ਮੁਹਿੰਮ ਦਾ ਸਾਨੂੰ ਪਹਿਲਾਂ ਇੱਕ ਟਾਈਮ ਵੀ ਗਵਰਨਰ ਸਾਹਿਬ ਤੋਂ ਮਿਲ ਗਿਆ ਕੁਦਰਤ ਛੁੱਟੀ ਆ ਗਈ ਛੁੱਟੀ ਨਹੀਂ ਆ ਗਈ ਕਿਤੇ ਜਾਣਾ ਪੈ ਗਿਆ ਉਹਨਾਂ ਨੂੰ ਅਤੇ ਉਹਨੇ ਫਿਰ ਨਾ ਹੋਰ ਕਿਹਾ ਵੀ ਗਾਂਹ ਤਰੀਕ ਦਊਂਗਾ ਫਿਰ ਅਸੀਂ ਪਿੱਛੇ ਮਿਲੇ ਵੀ ਸੀ ਜਦੋਂ ਇਹਨਾਂ ਨੇ ਅਮੈਂਡਮੈਂਟ ਵਾਲਾ ਕੰਮ ਕੀਤਾ ਅਤੇ ਉਦੋਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਉਹ ਕਹਿੰਦੇ ਕੋਈ ਨਹੀਂ ਮੈਂ ਤੁਹਾਨੂੰ ਟਾਈਮ ਦਊਂਗਾ ਅਤੇ ਤੁਸੀਂ ਬਿਹਤਰ ਆ ਹੋਮ ਮਿਨਿਸਟਰ ਨੂੰ ਇਹ ਜਾ ਕੇ ਸਿਗਨੇਚਰ ਜਿਹੜੇ ਉਹਨਾਂ ਦੇ ਹੈਂਡ ਓਵਰ ਕਰੋ ਸੋ ਨਾ ਤਾਂ ਹੋਮ ਮਿਨਿਸਟਰ ਟਾਈਮ ਦਿੰਦਾ ਅਤੇ ਨਾ ਫਿਰ ਗਵਰਨਰ ਸਾਹਿਬ ਟਾਈਮ ਦੇਣ ਅਤੇ ਮੈਂ ਸਮਝਦਾ ਵੀ ਜਿਹੜੀ ਜਥੇਦਾਰ ਸਾਹਿਬ ਨੇ ਅੱਜ ਆਦੇਸ਼ ਨਵਾਂ ਜਾਰੀ ਕੀਤਾ ਉਹ ਸਰਕਾਰ ਨੂੰ ਵੀ ਇੱਕ ਸੋਚਣਾ ਚਾਹੀਦਾ ਵੀ ਇਹ ਬੇਗਾਨਗੀ ਦਾ ਅਹਿਸਾਸ ਕਰਾਉਂਗੇ ਵੀ ਇੱਕ ਚੁਣੀ ਹੋਈ ਸੰਸਥਾ ਚੁਣੀ ਹੋਈ ਸੰਸਥਾ ਦੇ ਸਾਰੇ ਅਹੁਦੇਦਾਰ ਆ ਅਤੇ ਤੁਸੀਂ ਪਾਰਲੀਮੈਂਟ ਦੇ ਜਿਹੜੇ ਮੈਂਬਰ ਆ ਉਹ ਵੀ ਚੁਣ ਕੇ ਉਹਨੇ ਈਵਨ ਪ੍ਰੈਜੀਡੈਂਟ ਆਫ ਇੰਡੀਆ ਵੀ ਚੁਣ ਕੇ ਜਾਂਦਾ ਭਾਵੇਂ ਮੈਂ MLA ਵੋਟਾਂ ਪਾਉਂਦੇ MP ਪਾਉਂਦੇ ਸੋ ਉਹਨਾਂ ਨੇ ਅੱਜ ਇਹ ਚਿੱਠੀ ਲਿਖ ਕੇ ਭੇਜੀ ਆ ਕਿ ਸਰਕਾਰਾਂ ਨੂੰ ਟਾਈਮ ਦੇਣਾ ਚਾਹੀਦਾ ਅਤੇ ਜੇ ਹੁਣ ਸਰਕਾਰਾਂ ਨਹੀਂ ਟਾਈਮ ਦੇਣਗੀਆਂ ਫਿਰ ਖਾਲਸੇ ਦਾ ਜਲਾਉ ਵਾਲਾ ਜਿਹੜਾ ਹੁੰਦਾ ਉਹ ਫਿਰ ਉੱਦਾਂ ਦਾ ਕੋਈ ਸਿਸਟਮ ਸ਼ੁਰੂ ਕਰਾਂਗੇ ਬੈਠ ਕੇ ਸਿੰਘ ਸਾਹਿਬਾਂ ਨਾਲ ਵੀ ਮੀਟਿੰਗ ਕਰਾਂਗੇ ਮੈਂਬਰ ਸਾਹਿਬਾਨਾਂ ਨਾਲ ਵੀ ਕਰਾਂਗੇ ਤਾਂ ਕਿ ਇਹ ਕਈ ਵਾਰੀ ਕਹਿ ਦਿੰਦੇ ਵੀ ਗੱਲ ਰਹਿ ਗਈ ਇੱਕ ਕਾਨੂੰਨੀ ਪ੍ਰਕਿਰਿਆ ਆ ਇੱਕ ਆ ਲੋਕਤੰਤਰ ਦਾ ਹਿੱਸਾ ਆ ਕਾਨੂੰਨ ਵਾਲੀ ਪ੍ਰਕਿਰਿਆ ਸੁਪਰੀਮ ਕੋਰਟ ਨੇ ਕਹਿ ਦਿੱਤਾ ਪਈ ਕਿ ਸਰਕਾਰ ਇਹ 'ਤੇ ਐਕਸ਼ਨ ਲੈ ਲੈ ਅਤੇ ਹੁਣ ਸਰਕਾਰ ਸੁੱਤੀ ਪਈ ਆ ਯਤਨ ਕਰਾਂਗੇ ਵੀ ਜਗਾਈਏ ਉਹਨਾਂ ਨੂੰ ਸਰਕਾਰ ਨੂੰ ਜਾ ਕੇ ਉਹ ਜਥੇਦਾਰ ਸਾਹਿਬ ਜਿਹੜੇ ਹੁਕਮ ਕਰਦੇ ਆ ਇੱਕ ਤਾਂ ਪਹਿਲਾਂ ਵੀ ਪਿੱਛੇ ਨਹੀਂ ਸੀ ਹੁਣ ਵੀ ਜੋ ਕਹਿਣਗੇ ਉਹਦੇ ਉੱਤੇ ਪੂਰੇ ਪੱਪੋਲੇ ਚੜ੍ਹਾਉਂਦਾ ਦੇਖੋ ਇਹ ਪਹਿਲਾਂ ਵੀ ਹੋਏ ਸੀ ਉਸ ਪਹਿਲਾਂ ਬਾਰੇ ਯਤਨਾਂ ਦੇ ਵਿੱਚ ਅਸੀਂ ਕਮੇਟੀ ਵੀ ਬਣਾ ਲਈ ਸੀ ਸਰਬ ਸਾਂਝੀ ਕਮੇਟੀ ਬਣਾਈ ਸੀ ਪਰ ਮੈਨੂੰ ਦੁੱਖ ਅਤੇ ਅਫਸੋਸ ਆ ਪੰਥਕ ਅਖਵਾਉਣ ਵਾਲੇ ਲੋਕਾਂ ਨੇ ਉਸ ਕਮੇਟੀ ਤੋੜ ਦਿੱਤੀ ਜਿਹੜੇ ਅੱਜ ਵੀ ਪੰਥਕ ਅਖਵਾਉਂਦੇ ਆ ਜੇ ਇੰਨੇ ਸਿਹਰਦ ਸੀ ਉਹ ਕਮੇਟੀ ਤੋੜ ਦਿੱਤੀ ਪਰ ਅਸੀਂ ਫਿਰ ਵੀ ਯਤਨ ਜਾਰੀ ਰੱਖੇ ਯਤਨਾਂ ਤੋਂ ਬਾਅਦ ਫਿਰ ਅਸੀਂ ਸਿਗਨੇਚਰ ਮੁਹਿੰਮ ਸ਼ੁਰੂ ਕੀਤੀ ਸਿਗਨੇਚਰ ਮੁਹਿੰਮ ਦਾ ਸਾਨੂੰ ਪਹਿਲਾਂ ਇੱਕ ਟਾਈਮ ਵੀ ਗਵਰਨਰ ਸਾਹਿਬ ਤੋਂ ਮਿਲ ਗਿਆ ਕੁਦਰਤ ਛੁੱਟੀ ਆ ਗਈ ਛੁੱਟੀ ਨਹੀਂ ਆ ਗਈ ਕਿਤੇ ਜਾਣਾ ਪੈ ਗਿਆ ਉਹਨਾਂ ਨੂੰ ਅਤੇ ਉਹਨੇ ਫਿਰ ਨਾ ਹੋਰ ਕਿਹਾ ਵੀ ਗਾਂਹ ਤਰੀਕ ਦਊਂਗਾ ਫਿਰ ਅਸੀਂ ਪਿੱਛੇ ਮਿਲੇ ਵੀ ਸੀ ਜਦੋਂ ਇਹਨਾਂ ਨੇ ਅਮੈਂਡਮੈਂਟ ਵਾਲਾ ਕੰਮ ਕੀਤਾ ਅਤੇ ਉਦੋਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਉਹ ਕਹਿੰਦੇ ਕੋਈ ਨਹੀਂ ਮੈਂ ਤੁਹਾਨੂੰ ਟਾਈਮ ਦਊਂਗਾ ਅਤੇ ਤੁਸੀਂ ਬਿਹਤਰ ਆ ਹੋਮ ਮਿਨਿਸਟਰ ਨੂੰ ਇਹ ਜਾ ਕੇ ਸਿਗਨੇਚਰ ਜਿਹੜੇ ਉਹਨਾਂ ਦੇ ਹੈਂਡ ਓਵਰ ਕਰੋ ਸੋ ਨਾ ਤਾਂ ਹੋਮ ਮਿਨਿਸਟਰ ਟਾਈਮ ਦਿੰਦਾ ਅਤੇ ਨਾ ਫਿਰ ਗਵਰਨਰ ਸਾਹਿਬ ਟਾਈਮ ਦੇਣ ਅਤੇ ਮੈਂ ਸਮਝਦਾ ਵੀ ਜਿਹੜੀ ਜਥੇਦਾਰ ਸਾਹਿਬ ਨੇ ਅੱਜ ਆਦੇਸ਼ ਨਵਾਂ ਜਾਰੀ ਕੀਤਾ ਉਹ ਸਰਕਾਰ ਨੂੰ ਵੀ ਇੱਕ ਸੋਚਣਾ ਚਾਹੀਦਾ ਵੀ ਇਹ ਬੇਗਾਨਗੀ ਦਾ ਅਹਿਸਾਸ ਕਰਾਉਂਗੇ ਵੀ ਇੱਕ ਚੁਣੀ ਹੋਈ ਸੰਸਥਾ ਦੇ ਸਾਰੇ ਅਹੁਦੇਦਾਰ ਆ ਅਤੇ ਤੁਸੀਂ ਪਾਰਲੀਮੈਂਟ ਦੇ ਜਿਹੜੇ ਮੈਂਬਰ ਆ ਉਹ ਵੀ ਚੁਣ ਕੇ ਉਹਨੇ ਈਵਨ ਪ੍ਰੈਜੀਡੈਂਟ ਆਫ ਇੰਡੀਆ ਵੀ ਚੁਣ ਕੇ ਜਾਂਦਾ ਭਾਵੇਂ ਮੈਂ MLA ਵੋਟਾਂ ਪਾਉਂਦੇ MP ਪਾਉਂਦੇ ਸੋ ਉਹਨਾਂ ਨੇ ਅੱਜ ਇਹ ਚਿੱਠੀ ਲਿਖ ਕੇ ਭੇਜੀ ਆ ਕਿ ਸਰਕਾਰਾਂ ਨੂੰ ਟਾਈਮ ਦੇਣਾ ਚਾਹੀਦਾ ਅਤੇ ਜੇ ਹੁਣ ਸਰਕਾਰਾਂ ਨਹੀਂ ਟਾਈਮ ਦੇਣਗੀਆਂ ਫਿਰ ਖਾਲਸੇ ਦਾ ਜਲਾਉ ਵਾਲਾ ਜਿਹੜਾ ਹੁੰਦਾ ਉਹ ਫਿਰ ਉੱਦਾਂ ਦਾ ਕੋਈ ਸਿਸਟਮ ਸ਼ੁਰੂ ਕਰਾਂਗੇ ਬੈਠ ਕੇ ਸਿੰਘ ਸਾਹਿਬਾਂ ਨਾਲ ਵੀ ਮੀਟਿੰਗ ਕਰਾਂਗੇ ਮੈਂਬਰ ਸਾਹਿਬਾਨਾਂ ਨਾਲ ਵੀ ਕਰਾਂਗੇ ਤਾਂ ਕਿ ਇਹ ਕਈ ਵਾਰੀ ਕਹਿ ਦਿੰਦੇ ਵੀ ਗੱਲ ਰਹਿ ਗਈ ਇੱਕ ਕਾਨੂੰਨੀ ਪ੍ਰਕਿਰਿਆ ਆ ਇੱਕ ਆ ਲੋਕਤੰਤਰ ਦਾ ਹਿੱਸਾ ਆ ਕਾਨੂੰਨ ਵਾਲੀ ਪ੍ਰਕਿਰਿਆ ਸੁਪਰੀਮ ਕੋਰਟ ਨੇ ਕਹਿ ਦਿੱਤਾ ਪਈ ਕਿ ਸਰਕਾਰ ਇਹ 'ਤੇ ਐਕਸ਼ਨ ਲੈ ਲੈ ਅਤੇ ਹੁਣ ਸਰਕਾਰ ਸੁੱਤੀ ਪਈ ਆ ਯਤਨ ਕਰਾਂਗੇ ਵੀ ਜਗਾਈਏ ਉਹਨਾਂ ਨੂੰ ਸਰਕਾਰ ਨੂੰ ਜਾ ਕੇ ਉਹ ਜਥੇਦਾਰ ਸਾਹਿਬ ਜਿਹੜੇ ਹੁਕਮ ਕਰਦੇ ਆ ਇੱਕ ਤਾਂ ਪਹਿਲਾਂ ਵੀ ਪਿੱਛੇ ਨਹੀਂ ਸੀ ਹੁਣ ਵੀ ਜੋ ਕਹਿਣਗੇ ਉਹਦੇ ਉੱਤੇ ਪੂਰੇ ਪੱਪੋਲੇ ਚੜ੍ਹਾਉਂਦਾ।